ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਅੱਜ ਇਲੈਕਸ਼ਨ ਚੱਲ ਰਹੇ ਹੈ ਔਰ ਬਹੁਤ ਹੀ ਐਕਸਾਈਟਮੈਂਟ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਬਹੁਤ ਜ਼ਿਆਦਾ ਐਕਸਾਈਟਿਡ ਨੇ। 76 ਡਿਪਾਰਟਮੈਂਟ ਨੇ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ 15,850 ਕਰੀਬ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਵੋਟ ਕਾਸਟ ਕਰਨਾ ਅਤੇ ਹਾਲਾਂਕਿ ਵੋਟਿੰਗ ਜਿਹੜੀ ਪ੍ਰਕਿਰਿਆ ਉਹ ਖਤਮ ਹੋ ਚੁੱਕੀ ਹੈ ਅਤੇ ਹੁਣ ਕਾਊਂਟਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਜਿਹੜਾ ਸ਼ੁਰੂ ਹੋਣ ਵਾਲਾ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਿੰਨੇ ਵੀ ਬੈਲਟ ਪੇਪਰਸ ਨੇ ਉਹ ਸਾਰੇ ਜਿੰਨੇ ਵੀ ਡਿਪਾਰਟਮੈਂਟਸ ਤੋਂ ਜਿਹੜੇ 76 ਡਿਪਾਰਟਮੈਂਟਸ ਨੇ ਵੱਖ ਵੱਖ ਡਿਪਾਰਟਮੈਂਟ ਤੋਂ ਸਾਰੇ ਜਿਹੜੇ ਬੈਲਟ ਪੇਪਰਸ ਨੇ ਜਿਹੜੇ ਬਕਸੇ ਨੇ ਉਹ ਇੱਥੇ ਜਿਮਨੈਜ਼ੀਅਮ ਹਾਲ ਹੈ। ਹਰ ਵਾਰ ਦੀ ਤਰ੍ਹਾਂ ਇੱਥੇ ਪੂਰੇ ਪ੍ਰੋਟੋਕਾਲ ਦੇ ਹਿਸਾਬ ਨਾਲ ਇੱਥੇ ਲਾਏ ਗਏ ਨੇ ਔਰ ਹੁਣ ਥੋੜ੍ਹੀ ਦੇਰ ਤੱਕ ਇੱਥੇ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਜਿੰਨੇ ਵੀ ਡਿਪਾਰਟਮੈਂਟ ਦੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਪ੍ਰੋਫੈਸਰ ਹੋਣਗੇ ਜਾਂ ਡੀਨ ਹੋਣਗੇ, ਉਹਨਾਂ ਦੇ ਜਿਨ੍ਹਾਂ ਦੀ ਵੀ ਡਿਊਟੀ ਲੱਗੀ ਹੈ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ ਅਤੇ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਇੱਥੇ ਕਾਊਂਟਿੰਗ ਸ਼ੁਰੂ ਹੋਣ ਵਾਲੀ। ਹਾਲਾਂਕਿ ਜਿਹੜੇ ਨਤੀਜੇ ਨੇ ਉਹ ਸ਼ਾਮ ਤੱਕ ਕਲੀਅਰ ਹੋਣਗੇ, 6-7 ਵਜੇ ਕਲੀਅਰ ਹੋਣਗੇ, ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਤਿਆਰੀ ਹੈ ਉਹ ਪੂਰੀ ਕੀਤੀ ਜਾ ਚੁੱਕੀ ਹੈ। ਹੁਣ ਕਾਊਂਟਿੰਗ ਕੁਝ ਹੀ ਦੇਰ ਬਾਅਦ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣ ਵਾਲੀ ਹੈ। ਜਿੰਨੇ ਵੀ ਬੈਲਟ ਪੇਪਰਸ ਨੇ ਜਾਂ ਫਿਰ ਪੂਰੇ ਸੀਲ ਕਰਨ ਤੋਂ ਬਾਅਦ ਇੱਥੇ ਜਿਹੜਾ ਡਿਪਾਰਟਮੈਂਟ ਵੱਲੋਂ ਲਾਏ ਗਏ ਨੇ ਔਰ ਚੰਡੀਗੜ੍ਹ ਪੁਲਿਸ PU ਦੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਮੌਜੂਦ ਹੈ। ਜਿਨ੍ਹਾਂ ਨੇ ਰਿਜ਼ਲਟ ਡਿਕਲੇਅਰ ਕਰਨਾ ਉਹਨਾਂ ਦੀ ਟੀਮਾਂ ਜਿਹੜੀ ਹੈਗੀ ਇੱਥੇ ਪੂਰੀ ਇੱਕ LCD ਲਾਈ ਗਈ ਹੈ। ਨਾਲ ਦੇ ਨਾਲ ਹੀ ਪੂਰੇ ਜਿੰਨੇ ਵੀ ਅੱਗੇ ਨੇ, ਕੌਣ ਅੱਗੇ ਕੌਣ ਪਿੱਛੇ ਹੈ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ, ਜਨਰਲ ਸੈਕਟਰੀ, ਸਾਰੀ ਚੀਜ਼ਾਂ ਦੀ ਜਿਹੜੀ ਹੈਗੀ ਹੈ ਡਿਸਪਲੇ ਵੀ ਲਾਈ ਗਈ ਹੈ ਔਰ ਜਿਹੜੇ ਸੀਨੀਅਰ ਆਫਿਸਰਸ ਨੇ, ਸੀਨੀਅਰ ਜਿਹੜੇ ਪ੍ਰੋਫੈਸਰਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਸਾਰਾ ਜਿਹੜਾ ਪ੍ਰੋਟੋਕਾਲ ਦਾ। ਔਰ ਇਸ ਵਾਰ ਕਾਫੀ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਹਜੇ ਤੱਕ ਫਿਲਹਾਲ ਨਹੀਂ ਖਰਾਬ ਹੋਇਆ ਕਿਉਂਕਿ ਆਊਟਸਾਈਡਰ ਜਿਹਨੇ ਨੇ ਉਹਨਾਂ ਨੂੰ ਬਿਲਕੁਲ ਇੱਥੇ ਐਂਟਰੀ ਜਿਹੜੀ ਉਹ ਬੈਨ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਜਿਹੜੇ ਵਾਈਸ ਚਾਂਸਲਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਾ ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਗਿਆ, ਹੁੱਲੜਬਾਜ਼ੀ ਜਿਹੜੀ ਹੈ ਉਹ ਬਿਲਕੁਲ ਮਨਾ ਕੀਤੀ ਗਈ ਸੀ। ਗੱਡੀਆਂ ਦੇ ਉੱਪਰ ਚੜ੍ਹ ਕੇ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਪੋਸਟਰ ਲਾ ਕੇ ਵੱਡੇ ਉਹਨਾਂ ਨੂੰ ਵੀ ਜਿਹੜੀ ਸਖ਼ਤ ਹਿਦਾਇਤਾਂ ਦਿੱਤੀ ਗਈ ਸੀ ਹੋਸਟਲ 'ਚ, ਖਾਸ ਤੌਰ 'ਤੇ ਕਿ ਕੋਈ ਵੀ ਬਾਹਰ ਦਾ ਜਿਹੜਾ ਸਟੂਡੈਂਟਸ ਹੈ ਜਾਂ ਆਊਟਸਾਈਡਰ ਹੈ ਉਹ ਨਹੀਂ ਰਹਿਣ ਦਿੱਤਾ ਜਾਏਗਾ ਔਰ ਸਰਪ੍ਰਾਈਜ਼ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰਾ ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਗਿਆ ਔਰ ਅੱਜ ਕਾਊਂਟਿੰਗ ਤੋਂ ਬਾਅਦ ਸ਼ਾਮ ਤੱਕ ਇਹਦੇ ਵਿੱਚ ਰਿਜ਼ਲਟ ਹੈ ਉਹ ਡਿਕਲੇਅਰ ਕਰ ਦਿੱਤਾ ਜਾਏਗਾ। ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਅੱਜ ਇਲੈਕਸ਼ਨ ਚੱਲ ਰਹੇ ਹੈ ਔਰ ਬਹੁਤ ਹੀ ਐਕਸਾਈਟਮੈਂਟ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਬਹੁਤ ਜ਼ਿਆਦਾ ਐਕਸਾਈਟਿਡ ਨੇ। 76 ਡਿਪਾਰਟਮੈਂਟ ਨੇ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ 15,850 ਕਰੀਬ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਵੋਟ ਕਾਸਟ ਕਰਨਾ ਅਤੇ ਹਾਲਾਂਕਿ ਵੋਟਿੰਗ ਜਿਹੜੀ ਪ੍ਰਕਿਰਿਆ ਹੈ ਉਹ ਖਤਮ ਹੋ ਚੁੱਕੀ ਹੈ ਅਤੇ ਹੁਣ ਕਾਊਂਟਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਜਿਹੜਾ ਸ਼ੁਰੂ ਹੋਣ ਵਾਲਾ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਿੰਨੇ ਵੀ ਬੈਲਟ ਪੇਪਰਸ ਨੇ ਉਹ ਸਾਰੇ ਜਿੰਨੇ ਵੀ ਡਿਪਾਰਟਮੈਂਟਸ ਤੋਂ ਜਿਹੜੇ 76 ਡਿਪਾਰਟਮੈਂਟਸ ਨੇ ਵੱਖ ਵੱਖ ਡਿਪਾਰਟਮੈਂਟ ਤੋਂ ਸਾਰੇ ਜਿਹੜੇ ਬੈਲਟ ਪੇਪਰਸ ਨੇ ਜਿਹੜੇ ਬਕਸੇ ਨੇ ਉਹ ਇੱਥੇ ਜਿਮਨੈਜ਼ੀਅਮ ਹਾਲ ਹੈ। ਹਰ ਵਾਰ ਦੀ ਤਰ੍ਹਾਂ ਇੱਥੇ ਪੂਰੇ ਪ੍ਰੋਟੋਕਾਲ ਦੇ ਹਿਸਾਬ ਨਾਲ ਇੱਥੇ ਲਾਏ ਗਏ ਨੇ ਔਰ ਹੁਣ ਥੋੜ੍ਹੀ ਦੇਰ ਤੱਕ ਇੱਥੇ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਜਿੰਨੇ ਵੀ ਡਿਪਾਰਟਮੈਂਟ ਦੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਪ੍ਰੋਫੈਸਰ ਹੋਣਗੇ ਜਾਂ ਡੀਨ ਹੋਣਗੇ, ਉਹਨਾਂ ਦੇ ਜਿਨ੍ਹਾਂ ਦੀ ਵੀ ਡਿਊਟੀ ਲੱਗੀ ਹੈ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ ਅਤੇ ਸਾਰਿਆਂ ਦੇ ਵਿੱਚ ਜਿਹੜੀ ਹੈਗੀ ਇੱਥੇ ਕਾਊਂਟਿੰਗ ਸ਼ੁਰੂ ਹੋਣ ਵਾਲੀ। ਹਾਲਾਂਕਿ ਜਿਹੜੇ ਨਤੀਜੇ ਨੇ ਉਹ ਸ਼ਾਮ ਤੱਕ ਕਲੀਅਰ ਹੋਣਗੇ, 6-7 ਵਜੇ ਕਲੀਅਰ ਹੋਣਗੇ, ਲੇਕਿਨ ਉਸ ਤੋਂ ਪਹਿਲਾਂ ਦੀ ਜਿਹੜੀ ਤਿਆਰੀ ਹੈ ਉਹ ਪੂਰੀ ਕੀਤੀ ਜਾ ਚੁੱਕੀ ਹੈ। ਹੁਣ ਕਾਊਂਟਿੰਗ ਕੁਝ ਹੀ ਦੇਰ ਬਾਅਦ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣ ਵਾਲੀ ਹੈ। ਜਿੰਨੇ ਵੀ ਬੈਲਟ ਪੇਪਰਸ ਨੇ ਜਾਂ ਫਿਰ ਪੂਰੇ ਸੀਲ ਕਰਨ ਤੋਂ ਬਾਅਦ ਇੱਥੇ ਜਿਹੜਾ ਡਿਪਾਰਟਮੈਂਟ ਵੱਲੋਂ ਲਾਏ ਗਏ ਨੇ ਔਰ ਚੰਡੀਗੜ੍ਹ ਪੁਲਿਸ PU ਦੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਮੌਜੂਦ ਹੈ। ਜਿਹਨੇ ਜਿਹੜੇ ਜਿਨ੍ਹਾਂ ਨੇ ਰਿਜ਼ਲਟ ਡਿਕਲੇਅਰ ਕਰਨਾ ਉਹਨਾਂ ਦੀ ਟੀਮਾਂ ਜਿਹੜੀ ਹੈਗੀ ਇੱਥੇ ਪੂਰੀ ਇੱਕ LCD ਲਾਈ ਗਈ ਹੈ। ਨਾਲ ਦੇ ਨਾਲ ਹੀ ਪੂਰੇ ਜਿੰਨੇ ਵੀ ਅੱਗੇ ਨੇ, ਕੌਣ ਅੱਗੇ ਕੌਣ ਪਿੱਛੇ ਹੈ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ, ਜਨਰਲ ਸੈਕਟਰੀ, ਸਾਰੀ ਚੀਜ਼ਾਂ ਦੀ ਜਿਹੜੀ ਹੈਗੀ ਹੈ ਡਿਸਪਲੇ ਵੀ ਲਾਈ ਗਈ ਹੈ ਔਰ ਜਿਹੜੇ ਸੀਨੀਅਰ ਆਫਿਸਰਸ ਨੇ, ਸੀਨੀਅਰ ਜਿਹੜੇ ਪ੍ਰੋਫੈਸਰਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਸਾਰਾ ਜਿਹੜਾ ਪ੍ਰੋਟੋਕਾਲ ਦਾ। ਔਰ ਇਸ ਵਾਰ ਕਾਫੀ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਹਜੇ ਤੱਕ ਫਿਲਹਾਲ ਨਹੀਂ ਖਰਾਬ ਹੋਇਆ ਕਿਉਂਕਿ ਆਊਟਸਾਈਡਰ ਜਿਹਨੇ ਨੇ ਉਹਨਾਂ ਨੂੰ ਬਿਲਕੁਲ ਇੱਥੇ ਐਂਟਰੀ ਜਿਹੜੀ ਉਹ ਬੈਨ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਜਿਹੜੇ ਵਾਈਸ ਚਾਂਸਲਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਾ ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਗਿਆ, ਹੁੱਲੜਬਾਜ਼ੀ ਜਿਹੜੀ ਹੈ ਉਹ ਬਿਲਕੁਲ ਮਨਾ ਕੀਤੀ ਗਈ ਸੀ। ਗੱਡੀਆਂ ਦੇ ਉੱਪਰ ਚੜ੍ਹ ਕੇ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਪੋਸਟਰ ਲਾ ਕੇ ਵੱਡੇ ਉਹਨਾਂ ਨੂੰ ਵੀ ਜਿਹੜੀ
ਸਖ਼ਤ ਹਿਦਾਇਤਾਂ ਦਿੱਤੀ ਗਈ ਸੀ ਹੋਸਟਲ 'ਚ ਖਾਸ ਤੌਰ 'ਤੇ ਕਿ ਕੋਈ ਵੀ ਬਾਹਰ ਦਾ ਜਿਹੜਾ ਸਟੂਡੈਂਟਸ ਹੈ ਜਾਂ ਆਊਟਸਾਈਡਰ ਹੈ ਉਹ ਨਹੀਂ ਰਹਿਣ ਦਿੱਤਾ ਜਾਏਗਾ ਔਰ ਸਰਪ੍ਰਾਈਜ਼ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰਾ ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਗਿਆ ਔਰ ਅੱਜ ਕਾਊਂਟਿੰਗ ਤੋਂ ਬਾਅਦ ਸ਼ਾਮ ਤੱਕ ਇਹਦੇ ਵਿੱਚ ਰਿਜ਼ਲਟ ਹੈ ਉਹ ਡਿਕਲੇਅਰ ਕਰ ਦਿੱਤਾ ਜਾਏਗਾ।